ਛਾਤੀ ਠੱਗ ਕੇ ਇਸ ਤਰ੍ਹਾਂ ਲੋਕਾਂ ਨਾਲ ਠੱਗੀ ਮਾਰ ਰਹੇ ਨੇ। ਇਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਫਗਵਾੜਾ ਵਿਖੇ, ਜਿੱਥੇ ਕਿ ਇੱਕ ਵਿਅਕਤੀ ਨੇ ਇੱਕ ਦੁਕਾਨਦਾਰ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰ ਲਈ ਅਤੇ ਫਰਾਰ ਹੋ ਗਿਆ। ਹਾਲਾਂਕਿ ਉਕਤ ਛਾਤੇ ਠੱਗ ਦੀ ਇਹ ਪੂਰੀ ਘਟਨਾ ਦੁਕਾਨ 'ਤੇ ਲੱਗੇ CCTV ਵਿੱਚ ਵੀ ਕੈਦ ਹੋ ਗਈ। ਇਸ ਸੰਬੰਧੀ ਪੀੜਤ ਦੁਕਾਨਦਾਰ ਪਵਨ ਕਰਿਆਨਾ ਸਟੋਰ ਚੋੜਾਖੂ ਫਗਵਾੜਾ ਦੇ ਮਾਲਕ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਇੱਕ ਵਿਅਕਤੀ ਉਹਨਾਂ ਦੀ ਦੁਕਾਨ 'ਤੇ ਆਇਆ ਸੀ ਅਤੇ ਉਸ ਨੂੰ 5 ਕਿਲੋ ਦੇਸੀ ਘਿਓ ਅਤੇ 1 ਕਿਲੋ ਛੋਟੀ ਇਲਾਇਚੀ ਦੇਣ ਲਈ ਕਿਹਾ, ਜਿਸ ਤੋਂ ਬਾਅਦ ਜਦੋਂ ਉਸਨੇ ਸਾਰਾ ਸਮਾਨ ਲੈ ਲਿਆ ਤਾਂ ਬੜੀ ਹੀ ਹੁਸ਼ਿਆਰੀ ਨਾਲ ਔਨਲਾਈਨ ਪੈਸੇ ਪਾਉਣ ਦੀ ਗੱਲ ਆਖੀ। ਉਹਨਾਂ ਕਿਹਾ ਕਿ ਜਦੋਂ ਉਸਨੇ ਬਾਅਦ ਵਿੱਚ ਦੇਖਿਆ ਤਾਂ ਉਸਦੇ ਅਕਾਊਂਟ ਵਿੱਚ ਪੈਸੇ ਨਹੀਂ ਆਏ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਇੱਕ ਮੇਰੇ ਕੋਲ ਸ਼ਾਮੀ ਸਰਦਾਰ ਜੀ ਆਏ ਸੀਗੇ, ਉਹ ਮੈਨੂੰ ਕਹਿੰਦੇ ਜੀ ਮੈਨੂੰ 5 ਕਿਲੋ ਦੇਸੀ ਘਿਓ ਉੱਤਮ ਦਾ ਔਰ 1 ਛੋਟੀ ਇਲਾਇਚੀ 1 ਕਿਲੋ ਦਿਓ, ਮੈਂ ਗੁਰੂ ਘਰ ਜਾਣਾ ਲੈ ਕੇ, ਜਲਦੀ ਆ ਮੈਨੂੰ ਜ਼ਰਾ। ਮੇਰੀ ਸ਼ੋਪ 'ਤੇ ਰਸ਼ ਬਹੁਤ ਸੀ, ਮੈਂ ਕਿਹਾ ਸਾਰੇ ਕੰਮ ਛੱਡ ਕੇ ਮੈਂ ਇਹਨਾਂ ਨੂੰ ਦੇ ਦੇਵਾਂ। ਫਿਰ ਜਦੋਂ ਮੈਂ ਇਹਨਾਂ ਨੂੰ ਦਿੱਤਾ, ਕਹਿੰਦੇ ਕਿੰਨੇ ਪੈਸੇ, ਮੈਂ ਕਿਹਾ 5400 ਰੁਪਇਆ। ਜਦੋਂ ਮੈਂ 5400 ਰੁਪਏ ਇਹਨਾਂ ਨੂੰ ਕਿਹਾ ਅਤੇ ਆਪਣਾ ਫਿਰ ਇਹ ਮੈਨੂੰ ਕਹਿਣ ਲੱਗ ਪਏ ਜੀ ਮੇਰੇ ਕੋਲ ਸਕੈਨਰ ਹੈ ਨਹੀਂ, ਮੇਰਾ ਕੈਮਰਾ ਖਰਾਬ ਹੈ, ਮੈਨੂੰ ਆਪਣਾ ਫੋਨ ਨੰਬਰ ਦਿਓ। ਇਹਨਾਂ ਨੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ, ਮੈਂ ਆਪਣਾ ਫੋਨ ਨੰਬਰ ਡਾਇਲ ਕੀਤਾ। ਜਦੋਂ ਮੈਂ ਡਾਇਲ ਕੀਤਾ ਤਾਂ ਇਹਨਾਂ ਕੋਲ ਫੋਨ ਇੱਕ ਹੋਰ ਸੀਗਾ, ਇਹਨਾਂ ਨੇ ਮੈਨੂੰ ਦੂਸਰੇ ਫੋਨ ਤੋਂ ਦਿਖਾ ਦਿੱਤਾ ਵੀ ਆਹ ਪੈਸੇ ਤੁਹਾਡੇ ਸੈਂਡ ਕਰ ਦਿੱਤੇ ਆ। ਮੇਰਾ ਰਸ਼ ਸੀਗਾ ਗਾਹਕ ਦਾ ਅਤੇ ਮੈਂ ਉੱਧਰ ਧਿਆਨ 2 ਮਿੰਟ ਮਾਰਿਆ ਸੀ, ਮੈਂ ਬਾਅਦ ਵਿੱਚ 1 ਮਿੰਟ ਬਾਅਦ ਮੈਂ ਕੈਮਰਾ ਖੋਲ੍ਹ ਕੇ ਦੇਖਿਆ ਵੀ ਮੇਰੇ ਪੈਸੇ ਆਏ। ਉੱਧਰ ਇਸੇ ਤਰ੍ਹਾਂ ਹੀ ਫਗਵਾੜਾ ਵਿਖੇ ਚੋਰਾਂ ਨੇ ਇੱਕ ਵਿਅਕਤੀ ਦੀ ਬੈਂਕ ਦੇ ਬਾਹਰ ਖੜ੍ਹੀ ਐਕਟਿਵਾ ਹੀ ਚੋਰੀ ਕਰ ਲਈ। ਇਸ ਸੰਬੰਧੀ ਪੀੜਤ ਵਿਅਕਤੀ ਨਰਿੰਦਰ ਨੇ ਦੱਸਿਆ ਕਿ ਉਸਨੇ ਸਵੇਰੇ 10:30 ਵਜੇ ਦੇ ਕਰੀਬ ਬੱਸ ਸਟੈਂਡ ਨਜ਼ਦੀਕ ਬੈਂਕ ਦੇ ਬਾਹਰ ਐਕਟਿਵਾ ਲਾ ਕੇ ਬੈਂਕ ਅੰਦਰ ਗਿਆ ਸੀ ਅਤੇ ਜਦੋਂ ਬੈਂਕ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਸਦੀ ਐਕਟਿਵਾ ਚੋਰੀ ਹੋ ਚੁੱਕੀ ਸੀ। ਉਸਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਸਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ। ਕੀ ਮਾਮਲਾ ਕੀ ਅੱਜ ਤੁਸੀਂ ਇੱਥੇ ਖੜ੍ਹੇ ਬੈਂਕ ਦੇ ਬਾਹਰ? ਹਾਂਜੀ, ਅਤੇ ਆਪਣੀ ਸਕੂਟਰੀ ਕਲਰ ਕਿਹੜਾ ਸੀਗਾ? ਅਤੇ ਪੁਲਿਸ ਨੂੰ ਸੂਚਨਾ ਦਿੱਤੀ ਭਾਅ ਜੀ? ਆਈ ਸੀ ਪੁਲਿਸ ਮੌਕੇ 'ਤੇ? ਅਤੇ ਕੋਈ CCTV ਫੁਟੇਜ ਇਹਦੀ ਵਗੈਰਾ? ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ? ਆਪਣੇ ਗੱਡੀਆਂ ਹੱਲ ਕੀਤਾ ਜਾਵੇ, ਸਕੂਟਰੀ ਦਾ ਮਸਲਾ ਹੱਲ ਕੀਤਾ।